ਸਤਿ ਸ੍ਰੀ ਅਕਾਲ ਤੇ ਇੱਕ ਸਨ ਪੈਣੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਇਆਂ ਪ੍ਰੋਗਰਾਮ ਦੇ ਵਿੱਚ ਆਪਾਂ ਤੁਹਾਡੇ ਨਾਲ ਵਕ ਵਕ ਸਮੇਂ ਤੇ ਵਕ ਵਕ ਫਸਲਾਂ ਦੀਆਂ ਕਦੇ ਬੀਜਾਂ ਦੀ ਗੱਲ ਕਰਦੇ ਹਾਂ ਕਦੇ ਬਜਾਈ ਦੀ ਗੱਲ ਕਰਦੇ ਹਾਂ ਕਦੇ ਕਿਸਮਾਂ ਦੀ ਗੱਲ ਕਰਦੇ ਹਾਂ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੇ ਤੇ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਸਮੇਂ ਸਿਰ ਜਾਣਕਾਰੀ ਸਮੇ ਤੋਂ ਪਹਿਲਾਂ ਵੀ ਦੇ ਸਕੀਏ ਕਿਉਂਕਿ ਬਜਾਈ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਹੈ ਬਿਮਾਰੀਆਂ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਸੋ ਕਣਕ ਦੇ ਉੱਤੇ ਖਾਸ ਤੌਰ ਦੇ ਉੱਤੇ ਜਦੋਂ ਆਪਣਾ ਦਸੰਬਰ ਤੋਂ ਬਾਅਦ ਜਾਂ ਦਸੰਬਰ ਦੇ ਅਖੀਰਲੇ ਹਫਤੇ ਚ ਤੇ ਫਿਰ ਜਦੋਂ ਰਾਤ ਦਾ ਤਾਪਮਾਨ 13 ਡਿਗਰੀ ਤੋਂ ਘੱਟ 7 6 7 8 10 11 12 13 ਦੇ ਵਿੱਚ ਵਿੱਚ ਰਹਿੰਦਾ ਰਾਤ ਦਾ ਤਾਪਮਾਨ ਭਾਵੇਂ 7 ਤੋਂ 13 14 ਡਿਗਰੀ ਦੇ ਵਿੱਚ ਵਿੱਚ ਰਹਿੰਦਾ ਉਦੋਂ ਇਸ ਸਵੇਰ ਦਾ ਤਾਪਮਾਨ ਜਿਹੜਾ ਦਿਨ ਦਾ ਵੱਧ ਤੋਂ ਵੱਧ ਜਿਹੜਾ ਰਾਤ ਦਾ ਉਹ ਹੈਗਾ 7 ਤੋਂ 13 ਡਿਗਰੀ ਸੈਲਸੀਅਸ ਦਿਨ ਦਾ ਤਾਪਮਾਨ 7 ਤੋਂ 25 ਦੇ ਵਿੱਚ ਵਿੱਚ ਜਦੋਂ ਰਹੇ ਅਤੇ ਖਾਸ ਤੌਰ ਤੇ ਜਨਵਰੀ ਦੇ ਅਖੀਰ ਫਰਵਰੀ ਦੇ ਸ਼ੁਰੂਆਤ ਕਈ ਵਾਰੀ ਮੌਸਮ ਬਦਲੇ ਤੇ ਅਖੀਰ ਤੱਕ ਵੀ ਚੱਲਦਾ ਹੈ ਉਸ ਵਕਤ ਕਣਕ ਦੀ ਫਸਲ ਦੇ ਉੱਤੇ ਪੀਲੀ ਕੁੰਗੀ ਆਉਣ ਦਾ ਡਰ ਰਹਿੰਦਾ ਹੈ ਪੀਲੀ ਜਿਹੜੀ ਕੁੰਗੀ ਐ ਇਹਦੀ ਪਹਿਚਾਨ ਇਹ ਐ ਕਿ ਇਹਦੇ ਪੱਤਿਆਂ ਦੇ ਉੱਤੇ ਪੀਲੇ ਰੰਗ ਦੇ ਹਲਦੀ ਦੇ ਰੰਗ ਦੇ ਜਿਹੜਿਆਂ ਨੂੰ ਤੱਬੇ ਪੈਂਦੇ ਆ ਤੇ ਉਹ ਹੌਲੀ-ਹੌਲੀ ਫਿਰ ਲੰਮੀਆਂ-ਲੰਮੀਆਂ ਧਾਰੀਆਂ ਬਣ ਜਾਂਦੇ ਆ ਤੇ ਜੇ ਤੁਸੀਂ ਬਹੁਤ ਨੇੜੇ ਜਾ ਕੇ ਵੇਖੋਗੇ ਉਹ ਧਾਰੀਆਂ ਨੂੰ ਹੁੰਦੇ ਉਹ ਨਿੱਕੇ-ਨਿੱਕੇ ਤੱਬੇ ਆ ਲੇਕਿਨ ਪੈਂਦੇ ਉਹ ਧਾਰੀਆਂ ਦੇ ਵਿੱਚ ਰੂਪ ਵਿੱਚ ਲੰਮੇ-ਲੰਮੇ ਧਾਰੀਆਂ ਦੇ ਰੂਪ ਵਿੱਚ ਤੁਸੀਂ ਉਹਨੂੰ ਹੱਥ ਲਾਉਂਗੇ ਤੁਹਾਡੇ ਹੱਥਾਂ ਨੂੰ ਲੱਗ ਜੇਗੀ ਕੱਪੜਾ ਤੁਹਾਡਾ ਖਾਸ ਤੌਰ ਤੇ ਜੇ ਗੂੜਾ ਕੋਈ ਕਾਲੇ ਰੰਗ ਦਾ ਜਿਹਾ ਹੋਵੇ ਤੇ ਉਹਦੇ ਦੇ ਉੱਤੇ ਤੁਹਾਨੂੰ ਲੱਗਾ ਕਿ ਜਿਵੇਂ ਕਿਸੇ ਨੇ ਹਲਦੀ ਛਿੜਕ ਦਿੱਤੀ ਹੁੰਦੀ ਹੈ ਸੋ ਇਹ ਬਿਮਾਰੀ ਦਾ ਪਹਿਲੀ ਲੱਛਣ ਤੇ ਇਹ ਹੈਗਾ ਦੂਸਰਾ ਇਹ ਹੈ ਕਿ ਇਹ ਬਿਮਾਰੀ ਸਿਰਫ ਧੋੜੀਆਂ ਵਿੱਚ ਆਉਂਦੀ ਆ ਭਾਵ ਕਿ ਇੱਕ ਪੱਤੇ ਤੇ ਸ਼ੁਰੂ ਹੋਈ ਤੇ ਉਹਦੇ ਆਲੇ ਦੁਆਲੇ ਕੁਝ ਬੂਟੀਆਂ ਤੇ ਹੋਏਗੀ ਇਹ ਨਹੀਂ ਕਿ ਸਾਰੇ ਖੇਤ ਵਿੱਚ ਫੈਲ ਜਾਏ ਸਾਰੇ ਖੇਤ ਵਿੱਚ ਬਾਅਦ ਦੇ ਵਿੱਚ ਫੈਲਦੀ ਆ ਪਰ ਸ਼ੁਰੂਆਤੀ ਜਿਹੜਾ ਦੌਰ ਹੈ ਉਹ ਕਿਤੇ ਕਿਤੇ ਤੁਹਾਨੂੰ ਇੱਕ ਪੱਤੇ ਦੋ ਪੱਤੇ ਚਾਰ ਬੂਟਿਆਂ ਤੇ ਲੱਗੂਗੀ ਕਿਉਂਕਿ ਇਹ ਜਿਹੜੀ ਉਲੀ ਹੈ ਇਹ ਹਵਾ ਦੇ ਵਿੱਚ ਤੈਰ ਕੇ ਆਉਂਦੀ ਆ ਜਿਹੜੀ ਹਵਾ ਦੇ ਨਾਲ ਜਦੋਂ ਅਫਗਾਨਿਸਤਾਨ ਵਾਲੇ ਪਾਸਿਓਂ ਹਵਾਵਾਵਾਂ ਆਉਂਦੀਆਂ ਨੇ ਪਹਾੜਾਂ ਵਾਲੇ ਪਾਸਿਓਂ ਤਾਂ ਇਹ ਪਹਿਲਾ ਹਮਲਾ ਜਿਹੜਾ ਖਾਸ ਤੌਰ ਤੇ ਪਠਾਨਕੋਟ ਵਾਲੇ ਪਾਸੇ ਅਨੰਦਪੁਰ ਸਾਹਿਬ ਗੁਰਦਾਸਪੁਰ ਵਾਲੇ ਪਾਸੇ ਹੁਸ਼ਿਆਰਪੁਰ ਵਾਲੇ ਪਾਸੇ ਹੁੰਦਾ ਇਸ ਵਾਰ ਵੀ ਜਿਹੜਾ ਉਹ 2023 ਦਾ ਜਿਹੜਾ ਸਮਾਂ ਚੱਲ ਰਿਹਾ ਇਹਦੇ ਵਿੱਚ ਇਹ ਅਨੰਤਪੁਰ ਸਾਹਿਬ ਵਾਲੇ ਪਾਸੇ ਮਲਾਂ ਦੇਖਿਆ ਗਿਆ ਪਰ ਬਾਕੀ ਪੰਜਾਬ ਦੇ ਵਿੱਚ ਇਹਦਾ ਨਜ਼ਰ ਨਹੀਂ ਆਇਆ ਪਰ ਮੌਸਮ ਦਾ ਕੁਝ ਨਹੀਂ ਪਤਾ ਲੱਗਦਾ ਕਈ ਵਾਰੀ ਕੀ ਹੁੰਦਾ ਹੈ ਕਿ ਸਾਨੂੰ ਫਰਵਰੀ ਦੇ ਅਖੀਰ ਜਾ ਕੇ ਵੀ ਇੱਕ ਵਾਰੀ ਠੰਡ ਵਾਪਸ ਆ ਜਾਂਦੀ ਹੈ ਟੈਂਪਰੇਚਰ ਡਾਊਨ ਹੋ ਜਾਂਦਾ ਉਦੋਂ ਵੀ ਇਹ ਦਾ ਖਤਰਾ ਹੋ ਸਕਦਾ ਸੋ ਇਹਦੀ ਪਹਿਚਾਨ ਰੱਖੋ ਇਹ ਅਖੀਰਲੇ ਦਿਨਾਂ ਦੇ ਵਿੱਚ ਖਾਸ ਤੌਰ ਤੇ ਫਰਵਰੀ ਦੇ ਸ਼ੁਰੂ ਤੋਂ ਲੈ ਕੇ ਤੇ ਅਖੀਰਲੇ ਦਿਨਾਂ ਤੱਕ ਉਹ ਤੁਸੀਂ ਖੇਤਾਂ ਦੇ ਵਿੱਚ ਨਿਗਾਹ ਮਾਰਦੇ ਰਹੋ ਕਿਤੇ ਵੀ ਤੁਹਾਨੂੰ ਸ਼ੱਕ ਪਵੇ ਤੇ ਜਾ ਕੇ ਉਸ ਪੱਤੇ ਨੂੰ ਵੇਖ ਲੈਣਾ ਚਾਹੀਦਾ ਸੋ ਜਿੱਥੇ ਬਿਮਾਰੀ ਆ ਜਾਵੇ ਸੜਕਾਂ ਵੀ ਸਿਰਫ ਉਥੇ-ਉਥੇ ਕਰਨਾ ਇਹ ਨਹੀਂ ਕਿ ਸਾਰੇ ਖੇਤ ਵਿੱਚ ਕਰ ਦਿਓ ਤੇ ਬਾਕੀ ਦੇ ਨਾਲ ਦੇ ਖੇਤਾਂ 'ਚ ਵੀ ਕਰ ਦਿਓ ਉਹਦੇ ਨਾਲ ਨੁਕਸਾਨ ਹੁੰਦਾ ਕਿਉਂਕਿ ਜਿੱਥੇ ਬਿਮਾਰੀ ਹੈ ਉੱਥੇ ਕਰਾਂਗੇ ਤੇ ਉਹ ਅੱਗੇ ਨਹੀਂ ਵਧੇਗੀ ਸੋ ਇਹਦੇ ਲਈ ਕੁਝ ਦਵਾਈਆਂ ਨੇ ਜਿਤੇ ਕੈਵਿਅਟ ਹੈ ਹਾਂਜੀ ਨਟੀਵੇ ਹੈ ਇੰਪੈਕਟ ਹੈ 오ਪੇਰਾ ਹੈ ਕੋ ਸਟੂਡੀਆ ਹੈ ਟਿਲਟ ਹੈ ਸ਼ਾਇਨਾ ਹੈ ਬੰਪਰ ਹੈ ਇਹ ਦਵਾਈਆਂ ਤੁਸੀਂ 200 ਲੀਟਰ ਪਾਣੀ ਦੇ ਵਿੱਚ ਪਾ ਕੇ ਪ੍ਰਤੀ ਏਕੜ ਛਿੜਕਣੀ ਆ ਖਾਸ ਧਿਆਨ ਰੱਖੋ ਬਿਮਾਰੀ 200 ਲੀਟਰ ਦਾ ਮਤਲਬ ਇਹ ਨਹੀਂ ਹੈਗਾ ਕਿ ਜੇ ਤੁਹਾਡੇ ਚਾਰ ਧੋੜੀਆਂ ਤੇ ਆਏ ਤਾਂ ਤੁਸੀਂ 200 ਲੀਟਰ ਮਿਲਾ ਲਓ ਭਾਵੇਂ ਕਿ ਕਿੱਲੇ ਦੇ ਵਿੱਚ ਕਿੱਲੇ ਦੇ ਵਿੱਚ ਇੰਨੀ ਲੱਗਦੀ ਆ ਸੋ ਜਿੰਨੀ ਤੁਹਾਨੂੰ ਦਵਾਈ ਚਾਹੀਦੀ ਆ ਉਨੀਕ ਦਵਾਈ ਉਨੇਕ ਪਾਣੀ ਦੇ ਵਿੱਚ ਮਿਲਾ ਕੇ ਤੇ ਛੜਕਾ ਕਰ ਦਿਓ ਵੇਖਾ ਵੇਖੀ ਨਾ ਕਰੋ ਕਿ ਕਿਸੇ ਦੇ ਆ ਗਈ ਤੇ ਤੁਹਾਡੇ ਨਾ ਆ ਜਾਵੇ ਕਿਉਂਕਿ ਇੰਜ ਨਹੀਂ ਹੁੰਦਾ ਇਹ ਕਣ ਉਪਰੋਂ ਆਉਂਦੇ ਹਾਂ ਜੇ ਬਹੁਤ ਜ਼ਿਆਦਾ ਹਵਾ ਚੱਲੇ ਤੇ ਮੀਂਹ ਪਵੇ ਮੌਸਮ ਠੰਡਾ ਆ ਜਾਵੇ ਫੇਰ ਇਹ ਬਿਮਾਰੀ ਜਿਹੜੀ ਆ ਲੋਕਲ ਤੌਰ ਦੇ ਉੱਤੇ ਵੀ ਫੈਲ ਸਕਦੀ ਆ ਇਹ ਕਣ ਇੱਕ ਕਿਲੇ ਤੋਂ ਦੂਸਰੇ ਕਿਲੇ ਤੱਕ ਗਾਂ ਫਸਲ ਤੱਕ ਵੀ ਜਿਹੜੇ ਆ ਉਹ ਜਾ ਸਕਦੇ ਆ ਸੋ ਦਵਾਈ ਛੜਕੋ ਦਵਾਈ ਛੜਕਣ ਤੋਂ ਬਾਅਦ 15 ਦਿਨ ਦਾ ਇੰਤਜ਼ਾਰ ਕਰੋ ਤੇ ਜੇ ਨਾ ਜਾਵੇ ਤੇ ਦੁਬਾਰੇ ਛਿੜਕ ਸਕਦੇ ਹਾਂ ਵੈਸੇ ਲੋੜ ਨਹੀਂ ਪੈਂਦੀ ਕਿਉਂਕਿ ਹੁਣ ਅੱਗੋਂ ਅ ਗਰਮੀ ਜਿਹੜੀ ਆ ਵਾਜ ਨਹੀਂ ਕਿਉਂਕਿ ਇਸ ਵਾਰ ਬੜੀ ਹੈਰਾਨੀ ਹੋ ਰਹੀ ਹੈ ਕਿ ਤਾਪਮਾਨ ਫਰਵਰੀ ਦੇ ਵਿੱਚ ਹੀ ਵਧਣਾ ਸ਼ੁਰੂ ਹੋ ਗਿਆ 1 ਫਰਵਰੀ ਥੀ ਸੋ ਇਸ ਕਰਕੇ ਇਸ ਬਿਮਾਰੀ ਦੇ ਆਉਣ ਦੇ ਜਿਹੜਾ ਡਰ ਹੈ ਉਹ ਬੜਾ ਘਟ ਹੈ ਪਰ ਫਿਰ ਵੀ ਮੌਸਮ ਦਾ ਕੁਝ ਨਹੀਂ ਪਤਾ ਲੱਗਦਾ ਔਰ ਦੂਸਰੀ ਗੱਲ ਇਹ ਕਿ ਕਈ ਵਾਰੀ ਪਹਾੜਾਂ ਵਾਲੇ ਪਾਸੇ ਜਿਹੜਾ ਇਲਾਕਾ ਹੈਗਾ ਪਠਾਨਕੋਟ ਇਧਰ ਗੁਰਦਾਸਪੁਰ ਦਾ ਉੱਪਰ ਦਾ ਇਲਾਕਾ ਹੁਸ਼ਿਆਰਪੁਰ ਦਾ ਇਹ ਜਿਹੜੇ ਪਹਾੜਾਂ ਦੇ ਨੇੜੇ ਆ ਉੱਥੇ ਮੌਸਮ ਦਾ ਥੋੜਾ ਜਿਹਾ ਫਰਕ ਹੁੰਦਾ ਉੱਥੇ ਖਾਸ ਤੌਰ ਤੇ ਉਹਨਾਂ ਇਲਾਕਿਆਂ ਦੇ ਕਿਸਾਨਾਂ ਨੂੰ ਖਿਆਲ ਰੱਖਣ ਦੀ ਲੋੜ ਆ ਆਪਣੇ ਖੇਤਾਂ ਦਾ ਜਿਹੜਾ ਨਰੀਖਣ ਕਰਦੇ ਰਹਿਣਾ ਚਾਹੀਦਾ ਤੇ ਜੇ ਇਹ ਬਿਮਾਰੀ ਲੱਗੇ ਕਿਤੇ ਆਈ ਤਾਂ ਇਹ ਛੜਕਾ ਸਾਨੂੰ ਕਰ ਦੇਣਾ ਚਾਹੀਦਾ ਬਾਕੀ ਮੌਸਮ ਦਾ ਜ਼ਰੂਰ ਖਿਆਲ ਰੱਖੋ ਜਦੋਂ ਗਰਮੀ ਵਧਣੀ ਸ਼ੁਰੂ ਹੋ ਗਈ ਹੈ ਦਿਨ ਦਾ ਤਾਪਮਾਨ 25 ਡਿਗਰੀ ਤੋਂ ਉੱਪਰ ਹੋ ਗਿਆ ਰਾਤ ਦਾ 13 ਤੋਂ ਵੱਧ ਗਿਆ ਤੇ ਫੇਰ ਇਹਦਾ ਬਿਲਕੁਲ ਡਰ ਨਹੀਂ ਹੈਗਾ ਪਰਮਾਤਮਾ ਕਰੇ ਕਿ ਇਸ ਬਿਮਾਰੀ ਤੋਂ ਸਾਡਾ ਵਿਚਾਰ ਰਵੇ ਕਿਉਂਕਿ ਅਸੀਂ ਪਿਛਲੇ ਕਈ ਸਾਲਾਂ ਤੋਂ ਬਚੇ ਹੋਏ ਆਂ ਥੋੜਾ ਬਹੁਤਾ ਆਉਂਦੀ ਹੈ ਪਰ ਅੱਜ ਤੋਂ ਕੋਈ ਕਹਿ ਲੋ ਤੁਸੀਂ ਕਿ 15 ਸਾਲ ਪਹਿਲਾਂ ਜਿੰਨੀ ਬਿਮਾਰੀ ਆਈ ਸੀ ਉਨੀ ਬਿਮਾਰੀ ਉਸ ਤੋਂ ਬਾਅਦ ਕਦੇ ਨਹੀਂ ਆਈ ਉਦੋਂ ਤਾਂ ਬਹੁਤ ਸਾਰੇ ਖੇਤਾਂ ਦੇ ਖੇਤ ਜਿਹੜੇ ਆ ਉਹ ਖਤਮ ਹੋ ਗਏ ਸੀ ਸੋ ਧਿਆਨ ਰੱਖੋ ਹੁਣ ਵੇਲਾ ਹੁੰਦਾ ਇੱਥੇ ਦਿਓ ਮੈਨੂੰ ਇਜਾਜ਼ਤ ਫਿਰ ਮਿਲਦੇ ਆਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਫਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਰ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ शशिका जी मैं हा कुलराज हूं दावा ते तुसी देख रहे हो डी5 चैनल पंजाबी जो लॉन्च हो चुका है ऑन कनाडा विच डी5 चैनल पंजाबी उने सब्सक्राइब करो बेल आइकन पे क्लिक करो